ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਦੇਖੋ ਇਹ ਫੋਰੈਸਟ ਗਾਰਡ ਦਾ ਪ੍ਰੀਵੀਅਸ ਈਅਰ ਦਾ ਪੇਪਰ ਹੈ ਕਿਸੇ ਕੈਂਡੀਡੇਟ ਨੇ ਮੈਨੂੰ WhatsApp ਗਰੁੱਪ ਵਿੱਚ ਸ਼ੇਅਰ ਕੀਤਾ ਸੀ ਇਹ ਤਾਂ ਮੈਂ ਸੋਚਿਆ ਕਿ ਚਲੋ ਉਸ ਨੂੰ ਸੋਲਵ ਕਰਕੇ ਦੇਖ ਲੈਨੇ ਆ ਜਿਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਵੇ ਕਿ ਐਗਜ਼ਾਮ ਵਿੱਚ ਕਿਸ ਟਾਈਪ ਦੇ ਕੁਐਸਚਨ ਆਏ ਸੀ ਤੇ ਐਗਜ਼ਾਮ ਵਿੱਚ ਕੁਐਸਚਨ ਦਾ ਲੈਵਲ ਕੀ ਰਹਿੰਦਾ ਤੇ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਜਲਦੀ ਨਾਲ ਆਪਾਂ ਕੁਐਸਚਨ ਦੇ ਲੈਵਲ ਅਤੇ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ ਤੇ ਇੱਕ ਗੱਲ ਹੋਰ ਦੋਸਤੋ ਫੋਰੈਸਟ ਗਾਰਡ ਦੇ ਰਿਗਾਰਡਿੰਗ ਕਾਫੀ ਕਲਾਸਸ ਲਗ ਭੈਗ ਆਲ ਸਿਲੇਬਸ ਐਂਡ ਟੌਪਿਕਸ ਦੇ ਰਿਗਾਰਡਿੰਗ ਕਲਾਸਸ ਆਪਣੇ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ ਜੇ ਐਗਜ਼ਾਮ ਦੀ ਤਿਆਰੀ ਪਰਫੈਕਟ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਕਲਾਸਸ ਨੂੰ ਜ਼ਰੂਰ ਵਿਜ਼ਿਟ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ ਓਕੇ ਕੁਐਸਚਨ ਨੰਬਰ 1 ਦੇਖੀਏ ਕੁਐਸਚਨ ਨੰਬਰ 1 ਚੁਨੇ ਦੇ ਪਾਣੀ ਦੇ ਘੋਲ ਨੂੰ CO2 ਵਿੱਚ ਲੰਗਾਉਣ ਤੇ ਇਸ ਦਾ ਰੰਗ ਬਦਲ ਕੇ ਕਹਿੋ ਜਿਆ ਹੋ ਜਾਂਦਾ ਹੈ ਕੁਐਸਚਨ ਨੰਬਰ 1 ਵਿੱਚ ਪੁੱਛਿਆ ਗਿਆ ਤਾਂ ਇਹ ਯਾਦ ਰੱਖਿਓ ਜਿਸ ਟਾਈਪ ਦੇ ਕੁਐਸਚਨ ਆ ਜਾਣ ਵਸੇ ਸਾਇੰਸ ਦੇ ਕੁਐਸਚਨ ਜ਼ਿਆਦਾਤਰ ਪੁੱਛੇ ਗਏ ਨੇ ਤੇ ਚੁਨੇ ਦੇ ਪਾਣੀ ਨੂੰ ਜੇ CO2 ਦੇ ਘੋਲ ਵਿੱਚ ਲੰਗਾਇਆ ਜਾਵੇ ਤਾਂ ਇਸ ਦਾ ਰੰਗ ਬਦਲ ਕੇ ਆਪਸ਼ਨ ਨੰਬਰ ਡੀ ਵਾਈਟ ਯਾਨੀ ਦੁੱਧਿਆ ਹੋ ਜਾਂਦਾ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ ਭਾਰਤ ਵਿੱਚ ਭਾਰਤੀ ਬਣਜ ਸੁਰੱਖਿਆ ਐਕਟ ਕਦੋਂ ਲਾਗੂ ਹੋਇਆ ਸੀ ਅਪਾਰਟ ਵਿੱਚ ਭਾਰਤੀ ਮਨਜੀਆ ਐਕਟ ਦੋਸਤੋ 1972 ਇਸ ਵੀ ਵਿੱਚ ਲਾਗੂ ਹੋਇਆ ਸੀ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 3 ਦੀ ਗੱਲ ਕਰੀਏ ਪੌਦੇ ਦੇ ਕਿਹੜੇ ਹਾਰਮੋਨ ਦੇ ਕਾਰਨ ਸੈੱਲ ਵਿਭਾਜਿਤ ਹੁੰਦੇ ਨੇ ਤਾਂ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਸਾਈਟੋਕੋਕੀਨ ਜਿਹੜਾ ਇਸ ਸੈੱਲ ਦੇ ਕਾਰਨ ਪੌਦੇ ਦੇ ਅੰਦਰ ਹਾਰਮੋਨ ਵਿਭਾਜਿਤ ਹੁੰਦੇ ਨੇ ਇਸ ਤੋਂ ਬਾਅਦ ਕੁਐਸਚਨ ਨੰਬਰ 4 ਦੀ ਗੱਲ ਕਰੀਏ ਪੰਜਾਬੀ ਔਰਤਾਂ ਦੁਆਰਾ ਪਾਈ ਜਾਂਦੀ ਪਰੰਪਰਕ ਪੁਸ਼ਾਕ ਦਾ ਨਾਮ ਦੱਸੋ ਤਾਂ ਇਹਨਾਂ ਚਾਰਾਂ ਆਪਸ਼ਨਾਂ ਵਿੱਚੋਂ ਇਜ਼ੀ ਕੁਐਸਚਨ ਹੈ ਵੀਡੀਓ ਵਿੱਚ ਕਮੈਂਟ ਕਰਕੇ ਤੁਸੀਂ ਦੱਸ ਦਿਓ ਠੀਕ ਹੈ ਆਈ ਹੋਪ ਚਾਰ ਆਪਸ਼ਨ ਤੁਸੀਂ ਪੜ੍ਹ ਲਏ ਹੋਵੋਗੇ ਇਹ ਤੇ ਤੁਹਾਨੂੰ ਪਤਾ ਵੀ ਲੱਗ ਗਿਆ ਹੋਵੇ ਕਿ ਇਸ ਦਾ ਆਨਸਰ ਕੀ ਹੈ ਤਾਂ ਜਲਦੀ ਨਾਲ ਵੀਡੀਓ ਵਿੱਚ ਕਮੈਂਟ ਕਰ ਦਿਓ ਇਸ ਦਾ ਆਨਸਰ ਰਾਈਟ ਆਨਸਰ ਕਿਹੜਾ ਹੈ ਕੁਐਸਚਨ ਨੰਬਰ 5 ਦੀ ਗੱਲ ਕਰੀਏ ਦੂਜੇ ਵਿਸ਼ਵ ਯੁੱਧ ਦੇ ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨ ਦੇ ਕਿਹੜੇ ਦੋ ਸ਼ਹਿਰ ਤੇ ਅੱਲੇ ਦੋ ਪਰਮਾਣੂ ਬੰਬ ਸੁੱਟੇ ਗਏ ਸੀ ਕਾਫੀ ਬਾਾਰ ਇਗਜ਼ਾਮ ਵਿੱਚ ਇਹ ਰਿਪੀਟ ਹੋਇਆ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਆ ਹਿਰੋ ਹਿਰੋਸ਼ੀਮਾ ਤੇ ਨਾਕਾਸਾਕੀ ਉੱਪਰ ਜਿਹੜੇ ਪਰਮਾਣੂ ਬੰਬ ਸੁੱਟੇ ਗਏ ਸੀ ਓਕੇ ਕੁਐਸਚਨ ਨੰਬਰ 6 ਦੀ ਗੱਲ ਕਰੀਏ ਫਾਸਿਓ ਡੀ ਕੰਬੈਟਮੈਂਟੋ ਦੀ ਸਥਾਪਨਾ ਕਿਸ ਸਾਲ ਵਿੱਚ ਕੀਤੀ ਗਈ ਸੀ ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ B 1919 ਇਹ ਮਾਰਚ ਵਿੱਚ ਕੀਤੀ ਗਈ ਸੀ ਆਈ ਥਿੰਕ 7 ਮਾਰਚ 1919 ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ। ਕੁਐਸਚਨ ਨੰਬਰ 7 ਦੀ ਗੱਲ ਕਰੀਏ ਸੰਤੋਖ ਸਰ ਸरोवर ਕਿੱਥੇ ਹੈ? ਤਾਂ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਵਿੱਚ ਸਥਿਤ ਹੈ ਸੰਤੋਖ ਸਰ ਸरोवर, ਓਕੇ। ਕੁਐਸਚਨ ਨੰਬਰ 8 ਦੀ ਗੱਲ ਕਰੀਏ ਭਾਰਤ-ਪਾਕਿਸਤਾਨ ਦੇ ਵੰਡਾਰੇ ਤੋਂ ਪਹਿਲਾਂ ਕਿਹੜਾ ਸ਼ਹਿਰ ਪੰਜਾਬ ਦੀ ਰਾਜਧਾਨੀ ਸੀ? ਤਾਂ ਇਹ ਵੀ ਇਜ਼ੀ ਕੁਐਸਚਨ ਹੈ। ਆਈ ਹੋਪ ਤੁਹਾਨੂੰ ਪਤਾ ਹੋਵੇਗਾ ਲਾਹੌਰ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ ਹੈ। ਕਵੈਸਚਨ ਨੰਬਰ 9 ਦੀ ਗੱਲ ਕਰੀਏ 13 April 1992 ਨੂੰ ਮਾਨਸਾ ਜ਼ਿਲ੍ਹੇ ਦੀ ਸਥਾਪਨਾ ਕਿਹੜੇ ਜ਼ਿਲ੍ਹੇ ਤੋਂ ਹੋਈ ਸੀ ਤਾਂ ਬਠਿੰਡੇ ਜ਼ਿਲ੍ਹੇ ਤੋਂ ਡਿਵਾਈਡ ਕਰਕੇ ਇੱਕ ਨਵਾਂ ਜ਼ਿਲ੍ਹਾ ਬਣਾ ਦਿੱਤਾ ਗਿਆ ਸੀ ਜਿਸ ਦਾ ਨਾਮ ਮਾਨਸਾ ਰੱਖਿਆ ਗਿਆ ਸੀ ਤੇ ਇਹ ਕਦੋਂ ਹੋਇਆ ਸੀ ਸਾਰਾ ਕੰਮ 13 April 1992 ਇਸ ਦੇ ਵਿੱਚ ਵਾਸੀ ਓਕੇ ਕਵੈਸਚਨ ਨੰਬਰ 10 ਦੀ ਗੱਲ ਕਰੀਏ ਨਿਮਨ ਵਿੱਚੋਂ ਕਿਹੜੀ ਗ੍ਰੰਥੀ ਐਂਡੋਕ੍ਰਾਈਨ ਤੇ ਐਕਸੋਕ੍ਰਾਈਨ ਗ੍ਰੰਥੀ ਦੇ ਰੂਪ ਵਿੱਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ ਤਾ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਪੈਨਕ੍ਰੀਆਸ ਯਾਨੀ ਪਾਚਕ ਗ੍ਰੰਥੀ ਇਸ ਦਾ ਰਾਈਟ ਆਨਸਰ ਹੈ ਓਕੇ ਦੋਸਤੋ ਜੇ ਵੀਡੀਓ ਬੈਨੀਫੀਸ਼ੀਅਲ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਹਾਡਾ ਲਾਈਕ ਸਬਸਕ੍ਰਾਈਬ ਤੇ ਕਮੈਂਟ ਨਾਲ ਕੀ ਹੁੰਦਾ ਦੋਸਤੋ ਮੈਂ ਥੋੜਾ ਹੋਰ ਮੋਟੀਵੇਟ ਹੁੰਦਾ ਤੇ ਫਿਰ ਜਿਆਦਾ ਮਨ ਕਰਦਾ ਹੈ ਕਿ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਇਨਫੋਰਮੇਟਿਵ ਵੀਡੀਓ ਪ੍ਰੋਵਾਈਡ ਕਰਵਾਈ ਜਾਏ ਠੀਕ ਹੈ ਇਸ ਕਰਕੇ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਉਸਕੇ ਤਾਂ ਜਿਹੜੇ ਵੀ ਜ਼ਰੂਰਤਮੰਦ ਨੇ ਹਨ एग्जाम ਦੀ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਵੀਡੀਓ ਸ਼ੇਅਰ ਵੀ ਕਰ ਦੇ ਕੋ। ਕੁਐਸਚਨ ਨੰਬਰ 11 ਦੀ ਗੱਲ ਕਰੀਏ। ਬਾਬਾ ਸ਼ੇਖ ਫਰੀਦ ਅਗਮਾਨ ਦੀਵਸ ਕਿੱਥੇ ਮਨਾਇਆ ਜਾਂਦਾ ਹੈ? ਇਹ ਇਜ਼ੀ ਕੁਐਸਚਨ ਹੈ। ਸ਼ੇਖ ਫਰੀਦ ਫਰੀਦ ਦੇ ਨਾਮ ਤੋਂ ਹੀ ਆਪਾਂ ਰਿਲੇਟ ਕਰ ਸਕਦੇ ਹਾਂ ਫਰੀਦ ਫਰੀਦਕੋਟ ਵਿੱਚ ਇਹ ਬਣਾਇਆ ਜਾਂਦਾ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ। ਕੁਐਸਚਨ ਨੰਬਰ 12 ਦੀ ਗੱਲ ਕਰੀਏ ਕਿਹੜਾ ਹਾਰਮੋਨ ਹੰਗਾਮੀ ਸਥਿਤੀ ਦਾ ਸਾਹਮਣਾ ਕਰਨ ਵਿੱਚ ਸਰੀਰ ਦੀ ਮਦਦ ਕਰਦਾ ਹੈ? ਹੰਗਾਮੀ ਸਥਿਤੀ ਤੋਂ ਕੀ ਐਮਰਜੈਂਸੀ ਕੋਈ ਵੀ ਮਤਲਬ ਕਿ ਐਕਸੀਡੈਂਟ ਹੋ ਜਾਂਦਾ ਹੈ ਤਾਂ ਆਪਣੇ ਸਰੀਰ ਵਿੱਚ ਇੱਕ ਹਾਰਮੋਨ ਕ੍ਰੀਏਟ ਹੁੰਦਾ ਉਸ ਹਾਰਮੋਨ ਦਾ ਨਾਮ ਕੀ ਹੈ ਤਾਂ ਦੋਸਤੋ ਉਸ ਦਾ ਨਾਮ ਆਪਸ਼ਨ ਨੰਬਰ ਏ ਐਡਰੀਨਲਿਨ ਨਾਮ ਹੈ ਠੀਕ ਹੈ ਇਹ ਹਾਰਮੋਨ ਕ੍ਰੀਏਟ ਹੁੰਦਾ ਜਿਹੜਾ ਜੀ ਆਪਣੇ ਬਾਡੀ ਨੂੰ ਆਪਣੀ ਉਸ ਸਥਿਤੀ ਨੂੰ ਸੰਭਾਲਣ ਦੀ ਸੰਭਾਲਣ ਲਈ ਏਬਲ ਬਣਾਉਂਦਾ ਠੀਕ ਹੈ ਕੁਐਸਚਨ ਨੰਬਰ 13 ਦੀ ਗੱਲ ਕਰੀਏ ਧਰਤੀ ਦੀ ਪੜਪੜੀ ਤੇ ਉਪਰ ਸਤਿ ਤਾਤੇ ਸਭ ਤੋਂ adhik ਪਾਈ ਜਾਣ ਵਾਲੀ ਧਾਤ ਕਿਹੜੀ ਹੈ ਤਾਂ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੋ ਜਾਵੇਗਾ ਐਲੂਮੀਨੀਅਮ ਹੈ ਜਿਹੜੀ ਸਭ ਤੋਂ ਜ਼ਿਆਦਾ ਧਰਤੀ ਦੀ ਉੱਪਰਲੀ ਪਰਤ ਤੇ ਇਹ ਧਾਤ ਪਾਈ ਜਾਂਦੀ ਹੈ ਓਕੇ ਕੁਐਸਚਨ ਨੰਬਰ 14 ਦੀ ਗੱਲ ਕਰੀਏ ਪੰਜਾਬ ਦਾ ਪਰਦੇਸੀ ਜਾਨਵਰ ਕਿਹੜਾ ਹੈ ਮਤਲਬ ਕਿ ਸਟੇਟ ਐਨੀਮਲ ਕਿਹੜਾ ਹੈ ਤਾਂ ਬਲੈਕ ਬੱਕ ਜਿਸ ਨੂੰ ਆਪਾਂ ਪੰਜਾਬੀ ਵਿੱਚ ਕਾਲਾ ਹਿਰਨ ਵੀ ਕਹਿ ਸਕਦੇ ਹਾਂ ਇਹ ਰਾਸ਼ਟਰੀ ਜਾਨਵਰ ਹੈ ਪੰਜਾਬ ਦਾ ਠੀਕ ਹੈ ਕੁਐਸਚਨ ਨੰਬਰ 15 ਦੀ ਗੱਲ ਕਰੀਏ ਜਰਮਨੀ ਨੇ ਬਿਨਾਂ ਸ਼ਰਤ ਸਮਰਪਣ ਤੇ ਹਸਤਾਖਰ ਕਦੋਂ ਕੀਤੇ ਸਨ ਇਸ ਨਾਲ ਦੂਜੇ ਵਿਸ਼ਵ ਯੁੱਧ ਦੀ ਯੂਰਪੀ ਸੰਘਰਸ਼ ਦਾ ਅੰਤ ਹੋ ਗਿਆ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ A ਮਈ 1945 ਐਸਪੀ ਵਿੱਚ ਜਰਮਨੀ ਨੇ ਸਿਗਨੇਚਰ ਕੀਤੇ ਸੀ ਜਿਸ ਦੇ ਕਾਰਨ ਸੈਕੰਡ ਵਰਲਡ ਵਾਰ ਆ ਉਹ ਸਮਾਪਤ ਹੋ ਗਿਆ ਸੀ ਕੁਐਸਚਨ ਨੰਬਰ 16 ਦੀ ਗੱਲ ਕਰੀਏ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਨੇ ਦੇਖੋ ਇਸ ਤਰ੍ਹਾਂ ਦੇ ਜੀ ਐਗਜ਼ਾਮ ਵਿੱਚ ਆਪਸ਼ਨ ਆ ਜਾਂਦੇ ਨੇ ਤਾਂ ਆਪਾਂ ਸੈਕਟ ਕਿਹੜਾ ਕਰਨਾ ਹੈ ਆਪਸ਼ਨ ਨੰਬਰ B 22 ਬਟ ਜੇ एग्जाम ਵਿੱਚ 23 ਆ ਜਾਂਦਾ ਹੈ ਤਾਂ 23 ਨੂੰ ਆਪਾਂ ਸਿਲੇਕਟ ਕਰਾਂਗੇ ਕਿਉਂਕਿ ਇੱਕ ਨਵੇਂਲੇਰ ਕੋਟਲਾ ਹੈ ਜਿਹੜਾ ਉਹ ਪੰਜਾਬ ਦਾ 23ਵਾਂ ਨਵਾਂ ਜ਼ਿਲ੍ਹਾ ਬਣਿਆ ਹੈ ਠੀਕ ਹੈ ਯਾਦ ਰੱਖਿਓ ਅੱਜ ਦੇ ਟਾਈਮ ਵਿੱਚ ਹੈ ਟੋਟਲ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਨੇ 23 ਨੇ ਜੇ ਆਫੀਸਰ ਵਿੱਚ ਨਾ ਹੋਵੇ ਤਾਂ ਆਪਾਂ 22 ਤੇ ਟਿਕ ਕਰਾਂਗੇ ਓਕੇ ਪੁੱਛੇ ਨੰਬਰ 17 ਦੀ ਗੱਲ ਕਰੀਏ ਅੰਮ੍ਰਿਤਸਰ ਪੰਜਾਬ ਵਿੱਚ ਜ਼ਿਲ੍ਹਿਆਂ ਵਾਲੇ ਬਾਗ ਦਾ ਕਤਲ ਉਹ ਆਮ ਕਦੋਂ ਹੋਇਆ ਸੀ ਏਸੀ ਕੁਐਸਚਨ ਹੈ ਸਭ ਨੂੰ ਪਤਾ ਹੋਵੇਗਾ ਆਈ ਹੋਪ ਇਹ ਸਭ ਨੂੰ ਪਤਾ ਹੋਵੇ ਕਿਉਂਕਿ ਸਾਰੇ ਇਸ ਚੀਜ਼ ਤੋਂ ਚੰਗੀ ਤਰ੍ਹਾਂ ਜਾਣੂ ਨੇ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਐਨਾਂ ਵਿੱਚੋਂ ਰਾਈਟ ਆਨਸਰ ਕਿਹੜਾ ਹੈ ਓਕੇ ਕੁਐਸਚਨ ਨੰਬਰ 18 ਦੀ ਗੱਲ ਕਰੀਏ ਮਹਾਤਮਾ ਗਾਂਧੀ ਦਾ ਜਨਮ ਕਦੋਂ ਹੋਇਆ ਸੀ ਤਾਂ ਇਹ ਥੋੜਾ ਜਿਹਾ ਆਪਾਂ ਨੂੰ ਦੇਖੋ ਡੇਟ ਆ ਯਾਦ ਹੈ ਕਿਹੜੇ ਦਿਨ ਹੋਇਆ ਸੀ 2 ਅਕਤੂਬਰ ਠੀਕ ਹੈ ਕਿਹੜੇ ਸਾਲ ਵਿੱਚ ਹੋਇਆ ਇਸ ਵਿੱਚ ਆਪਾਂ ਕਨਫਿਊਜ਼ਨ ਹੋ ਜਾਂਦੇ ਆ ਆਪਾਂ ਥੋੜਾ ਜਿਹਾ ਦਿਮਾਗ ਯੂਜ਼ ਕਰਾਂਗੇ ਦੇਖੋ ਹੁਣ ਜੇ 90 ਦਾ ਤਾਂ ਜ਼ਿਆਦਾ 올ਡ ਨਹੀਂ ਹੋਵੇਗਾ ਇਹ ਤਾਂ ਹੋ ਨਹੀਂ ਸਕਦਾ ਠੀਕ ਹੈ ਇਹ ਕੱਟ ਕਰ 7939 ਵੀ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਵਿੱਚੋਂ ਸਭ ਤੋਂ ਛੋਟਾ ਹੀ ਜਿਹੜਾ ਸਾਲ ਹੋਗਾ ਉਦੋਂ ਜਿਹੜਾ ਮਹਾਤਮਾ ਗਾਂਧੀ ਦਾ ਜਨਮ ਹੋ ਸਕਦਾ ਤਾਂ ਇਸ ਦਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ ਏ 1829 ਇਸ ਵਿੱਚ ਮਹਾਤਮਾ ਗਾਂਧੀ ਦਾ ਜਨਮ ਹੋਇਆ ਸੀ ਠੀਕ ਹੈ ਕੁਸਚਨ ਨੰਬਰ 19 ਦੀ ਗੱਲ ਕਰੀਏ ਬੰਗਾਲ ਦੀ ਵੰਡ ਦਾ ਕਾਰਨ ਦੇਖੋ ਮੈਂ ਤੁਹਾਨੂੰ ਪੰਜਾਬ ਜੀਕੇ ਦੀ ਥਿਊਰੀ ਵਿੱਚ ਕਲਾਸਸ ਪ੍ਰੋਵਾਈਡ ਕਰਵਾਈ ਹੈ ਉਸ ਵਿੱਚ ਮੈਂ ਚੰਗੀ ਤਰ੍ਹਾਂ ਪੂਰੀ ਡਿਟੇਲ ਵਿੱਚ ਥਿਊਰੀ ਵਿੱਚ ਇਹ ਗੱਲ ਸਮਝਾਈ ਸੀ ਪਾਕਿਸਤਾਨ ਅਤੇ ਬੰਗਾਲ ਦੀ ਵੰਡ ਕਦੋਂ ਹੋਈ ਸੀ ਠੀਕ ਹੈ ਕਿਵੇਂ ਹੋਈ ਸੀ ਕਿਨੇ ਕਰਵਾਈ ਸੀ ਪੂਰੀ ਡਿਟੇਲ ਵਿੱਚ ਥਿਊਰੀ ਦੇ ਦਿੱਤੇ ਉਹ ਜਾ ਕੇ ਵਿਜ਼ਿਟ ਜ਼ਰੂਰ ਕਰ ਲਿਓ YouTube ਤੇ ਸਰਚ ਕਰੋ ਮੰਨੂ ਮੋੜ ਪੰਜਾਬ ਜੀ ਕੇ ਥਿਊਰੀ ਕਲਾਸ ਸਤਾ ਇਜ਼ੀਲੀ ਤੁਹਾਨੂੰ ਮਿਲ ਜਾਵੇਗੀ ਅਬ ਬੰਗਾਲ ਦੀ ਵੰਡ ਕਦੋਂ ਹੋਈ ਸੀ ਦੋਸਤੋ ਆਪਸ਼ਨ ਨੰਬਰ A 1905 ਈਸਵੀ ਵਿੱਚ ਹੋਈ ਸੀ ਕੁਐਸਚਨ ਨੰਬਰ B ਦੀ ਗੱਲ ਕਰੀਏ ਸਿੱਖ ਸਮਰਾਜ ਦੀ ਸਿੱਖ ਸਮਰਾਜ ਕਿਸ ਨੇ ਬਣਾਇਆ ਸੀ ਤਾਂ ਇਹ ਵੀ ਇਜ਼ੀ ਕੁਐਸਚਨ ਹੈ ਜਲਦੀ ਨਾਲ ਵੀਡੀਓ ਵਿੱਚ ਕਮੈਂਟ ਕਰ ਦਿਓ ਠੀਕ ਹੈ ਸਿੱਖ ਸਮਰਾਜ ਦੀ ਸਮਰਾਜ ਕਿਸ ਨੇ ਬਣਾਇਆ ਸੀ ਕੁਐਸਚਨ ਨੰਬਰ 21 ਦੀ ਗੱਲ ਕਰੀਏ ਚਾਲਕ ਦੇ ਪ੍ਰਤੀਰੋਧ ਦੇ ਪਰਸਪਰ ਸੰਬੰਧੀ ਨੂੰ ਕੀ ਕਿਹਾ ਜਾਂਦਾ ਹੈ ਚਾਲਕ ਦੇ ਪ੍ਰਤੀਰੋਧ ਪ੍ਰਤੀਰੋਧ ਦੇ ਪਰਸਪਰ ਸੰਬੰਧੀ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਹ ਕੰਡੈਂਸਨ ਕਿਹਾ ਜਾਂਦਾ ਹੈ ਆਪਸ਼ਨ ਨੰਬਰ ਏ ਚਾਲਕਤਾ ਥੀਸ ਆ ਰਾਈਟ ਆਨਸਰ ਹੈ ਓਕੇ ਕੁਐਸਚਨ ਨੰਬਰ 22 ਦੀ ਗੱਲ ਕਰੀਏ ਜੰਗਲਾਂ ਦੀ ਕਟਾਈ ਕਰਕੇ ਜਲਾ ਕੇ ਉਸ ਥਾਂ ਤੇ ਖੇਤੀਬਾੜੀ ਕਰਨ ਉਹ ਹਿਮਾਲਿਆਨ ਖੇਤਰ ਵਿੱਚ ਕਿਸ ਸਤਾਨਿਕ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ ਡੀ ਖਿਲ ਕੁਐਸਚਨ ਨੰਬਰ 23 ਦੀ ਗੱਲ ਕਰੀਏ 110 ਵੋਲਟ ਦੀ ਬੈਟਰੀ ਇੱਕ ਬਲਬ ਨੂੰ 2200 ਓਮਸ ਜਾਂ ਓਮ ਦੇ ਅਭਦ ਨਾਲ ਪਾਵਰ ਸਪਲਾਈ ਕਰਦੀ ਹੈ ਬਲਬ ਦੇ ਅੰਦਰ ਕਿੰਨੇ ਕਰੰਟ ਪ੍ਰਭਾਵਿਤ ਹੋ ਰਿਹਾ ਹੈ ਠੀਕ ਹੈ ਇਹ ਫਾਰਮੂਲਾ ਲੱਗਦਾ ਹੁੰਦਾ ਉਮੈ ਕਦੇ ਸਾਇੰਸ ਦੀ ਤੁਹਾਨੂੰ ਥਿਉਰੀ ਵਿੱਚ ਕਲਾਸ ਦੇਵਾਂਗਾ ਉਸ ਵਿੱਚ ਇਹ ਚ ਜ ਸਮਝਾਵਾਂਗਾ ਤਾਂ ਬਾਕੀ ਇਸ ਦਾ ਰਾਈਟ ਆਨਸਰ ਜਿਹੜਾ ਹੋ ਆਪਸ਼ਨ ਨੰਬਰ 3 ਉਹ ਸੋਰੀ ਆਪਸ਼ਨ ਨੰਬਰ D 0.05 ਐਂਪੀਅਰਸ ਇਸ ਦਾ ਰਾਈਟ ਆਨਸਰ ਹੋ ਜਾਗਾ ਓਕੇ ਕੁਐਸਚਨ ਨੰਬਰ 24 ਦੀ ਗੱਲ ਕਰੀਏ ਗਿਆਨਪੀਠ ਇਨਾਮ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਕਵਿਤਰੀ ਕੌਣ ਹੈ ਤਾਂ ਆਪਸ਼ਨ ਨੰਬਰ A ਰਾਈਟ ਆਨਸਰ ਹੈ ਕੁਮਾਰੀ ਅਮ੍ਰਿਤਾ ਪ੍ਰੀਤਮ ਰਾਈਟਰ ਹੈ ਜਿਹੜੀ ਆਪਣੇ ਪੰਜਾਬ ਦੀ ਇਸ ਨੂੰ ਗਿਆਨਪੀਠਾ ਬਹੁਤ ਅਵਾਰਡ ਮਿਲਿਆ ਸੀ ठीक है क्वेश्चन नंबर ट्वेंटी फाइव की गल करिए रेखांसी मध्यान यानी लौंगट्यूड लो, लो, बारे पूछा गया है की है तो लौंगट्यूड दोस्तों तेहत्तर अक्षांश पचवंजा पूर्व तो द राइट आंसर हो जाओ ऑप्शन नंबर ए इज़ द राइट आंसर है क्वेश्चन नंबर ट्वेंटी सिक्स की गल करिए एक सौ भी अंपेयर के प्रतिरोधक रंग कोड की है ठीक है ऑप्शन नंबर बी इज़ द राइट आंसर है पहला पूरा हों फिर लाल हो जाता है फिर पूरा होंगे इस बाद गोल्डन कलर शो ਕਰਦਾ ਲੋਕੋ ਇਸ ਤੋਂ ਬਾਅਦ ਦੇ ਕੁਐਸਚਨ ਆਪਾਂ ਨੈਕਸਟ ਵੀਡੀਓ ਵਿੱਚ ਕਵਰ ਕਰਾਂਗੇ ਕਿਉਂਕਿ ਵੀਡੀਓ ਆਲਰੇਡੀ ਕਾਫੀ ਲੰਬੀ ਹੋ ਚੁੱਕੀ ਹੈ ਵੀਡੀਓ ਵਿੱਚ ਕਮੈਂਟ ਕਰ ਦਿਓ ਤਾਂ ਮੈਂ ਜਲਦੀ ਤੋਂ ਜਲਦੀ ਤੁਹਾਨੂੰ ਇਸ ਦਾ ਨੈਕਸਟ ਪਾਰਟ ਵੀ ਪ੍ਰੋਵਾਈਡ ਕਰਵਾ ਦੇਵਾਂਗਾ ਓਕੇ